ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਜਗਰਾਜਦੀਪ ਸਿੰਘ ਸਵਾਗਤ ਕਰਦਾ। ਓਨਟੈਰੀਓ ਸੂਬੇ ਵਿੱਚ ਡੱਗ ਫੋਰਡ ਸਰਕਾਰ ਬਣੀ ਨੂੰ 1 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ। ਇਸ 1 ਸਾਲ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ ਹਨ। 1 ਸਾਲ ਵਿੱਚ ਇਸ ਸਰਕਾਰ ਦੀਆਂ ਕੀ ਪ੍ਰਾਪਤੀਆਂ ਹਨ ਅਤੇ ਲੋਕਾਂ ਦੇ ਕੀ ਸਵਾਲ ਇਹਨਾਂ ਪ੍ਰਤੀ ਹਨ, ਇਸ ਬਾਰੇ ਗੱਲਬਾਤ ਕਰਨ ਵਾਸਤੇ ਅੱਜ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਐਸੋਸੀਏਟ ਮਿਨਿਸਟਰ ਆਫ ਸਮਾਲ ਬਿਜ਼ਨਸ ਐਂਡ ਰੈੱਡ ਟੇਪ ਰਿਡਕਸ਼ਨ ਪ੍ਰਭਮੀਤ ਸਿੰਘ ਸਰਕਾਰੀਆ ਅਤੇ ਬ੍ਰੈਂਪਟਨ ਵੈਸਟ ਤੋਂ MPP ਅਮਰਜੋਤ ਸਿੰਘ ਸੰਧੂ। ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਅਮਰਜੋਤ ਜੀ ਅਤੇ ਪ੍ਰਭਮੀਤ, ਤੁਹਾਡਾ ਬਹੁਤ ਸਵਾਗਤ ਹੈ ਜੀ ਪ੍ਰਾਈਮ ਮਿਨਿਸਟਰ ਸਟੂਡੀਓ ਵਿੱਚ। ਥੈਂਕ ਯੂ, ਥੈਂਕ ਯੂ ਸੋ ਮਚ। ਅਤੇ ਤੁਹਾਨੂੰ ਬਹੁਤ ਵਧਾਈਆਂ, ਤੁਸੀਂ ਮਿਨਿਸਟਰ ਬਣਨ ਤੋਂ ਬਾਅਦ ਪਹਿਲੀ ਵਾਰ ਸਟੂਡੀਓ ਵਿੱਚ ਆਏ ਹੋ ਜੀ। ਐਂਡ ਆਈ ਥੈਂਕ ਯੂ ਵੈਰੀ ਮਚ ਜੀ, ਸਾਰਿਆਂ ਦੀ ਸਪੋਰਟ ਨਾਲ ਅਸੀਂ ਇੱਥੋਂ ਤੱਕ ਪਹੁੰਚੇ ਹਾਂ, ਸੋ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜੀ। ਸਭ ਤੋਂ ਮੈਂ ਤੁਹਾਡੇ ਤੋਂ ਸ਼ੁਰੂਆਤ ਕਰਦਾ। ਕਰੀਬਨ 1 ਸਾਲ ਹੋ ਗਿਆ ਡੱਗ ਫੋਰਡ ਸਰਕਾਰ ਬਣੀ ਨੂੰ। ਚੋਣਾਂ ਵੇਲੇ ਕਈ ਵਾਅਦੇ ਕੀਤੇ, ਕਈ ਉਸ 'ਤੇ ਕੰਮ ਵੀ ਹੋਇਆ, ਕਈ ਹਾਲੇ ਇਨ ਪ੍ਰੋਸੈਸ ਨੇ। 1 ਸਾਲ ਦੇ ਪੂਰਾ ਲੇਖਾ ਜੋਖਾ ਜੇ ਲਈਏ ਹਾਲੇ ਤੱਕ ਦਾ ਸਰਕਾਰ ਦਾ, ਉਹਨੂੰ ਕਿਵੇਂ ਤੁਸੀਂ ਡਿਕਲੇਅਰ ਕਰਦੇ ਹੋ? ਦੇਖੋ ਜੀ, ਅਸੀਂ ਜੂਨ 7 ਨੂੰ ਅਸੀਂ ਇੱਕ ਚੇਂਜ ਮੈਂਡੇਟ ਦੇ ਉੱਤੇ ਇਲੈਕਟ ਹੋਏ ਸੀਗੇ। ਜਿਹੜਾ ਸਾਡਾ ਹੈਲਥ ਕੇਅਰ ਸਿਸਟਮ ਸੀਗਾ ਉਹ ਟੁੱਟਿਆ ਸੀਗਾ, ਉਹਦੇ ਵਿੱਚ ਹਜ਼ਾਰਾਂ ਦੇ ਹਿਸਾਬ ਨਾਲ ਆਪਣੇ ਪੇਸ਼ੈਂਟਸ ਹਾਲਵੇ ਦੇ ਵਿੱਚ ਰਹਿੰਦੇ ਸੀਗੇ। ਜੇ ਅਸੀਂ ਅਫੋਰਡੇਬਿਲਟੀ ਦੀ ਗੱਲ ਕਰਦੇ ਸੀ, ਕੈਪ ਐਂਡ ਟ੍ਰੇਡ ਇੱਕ ਇਹੋ ਜਿਹੀ ਚੀਜ਼ ਲਿਆਈ ਗਈ ਸੀ ਜਿਸ ਦੇ ਨਾਲ ਹਰ ਇੱਕ, ਚਾਹੇ ਗਰੋਸਰੀ, ਗੈਸ, ਹਰ ਇੱਕ ਚੀਜ਼ ਦੇ ਉੱਤੇ ਪ੍ਰਾਈਸ ਵੱਧਦੀ ਸੀ। ਜਿਸ ਅਸੀਂ ਹਾਈਡਰੋ ਦੀ ਗੱਲ ਕਰਦੇ ਸੀਗੇ, ਉਹਦੇ ਵਿੱਚ ਵੀ ਬਹੁਤ ਵੱਡੇ ਪੱਧਰ 'ਤੇ ਸਾਡੀਆਂ ਇਨਕਰੀਜ਼ ਹੋ ਗਈਆਂ ਸੀ ਰੇਟਸ। ਸੋ ਸਾਡਾ ਜਿਹੜਾ ਚੇਂਜ ਦਾ ਮੈਂਡੇਟ ਸੀ, ਅਸੀਂ ਜੂਨ 7 ਆਉਂਦਿਆਂ ਸਾਰ ਹੀ ਜਿਹੜੇ ਸਾਡੇ, ਤੁਸੀਂ ਕਹਿ ਸਕਦੇ ਮੈਂਡੇਟ ਦੇ ਵਿੱਚ, ਮੈਨੀਫੈਸਟੋ ਦੇ ਵਿੱਚ 59 ਪ੍ਰੋਮਿਸਿਸ ਸੀਗੇ। 1 ਸਾਲ ਦੇ ਵਿੱਚ ਅਸੀਂ 38 ਕੰਪਲੀਟ ਕਰਤੇ ਆ। ਜੇ ਤੁਸੀਂ 50 ਦੇ ਹਿਸਾਬ ਨਾਲ ਕੰਪਲੀਟਡ ਔਰ ਇਨ ਪ੍ਰੋਗਰੈਸ, ਅਤੇ ਸਿਰਫ ਸਾਡੇ 9 ਰਹਿੰਦੇ ਹੈਗੇ ਆ। ਸੋ ਇਹ ਇੱਕ ਬਹੁਤ ਵੱਡੀ ਅਕੋਂਪਲਿਸ਼ਮੈਂਟ ਸੀ ਸਾਡੀ ਗਵਰਨਮੈਂਟ ਦੀ ਵੀ, ਅਸੀਂ 20 ਪੀਸਿਸ ਆਫ ਲੈਜਿਸਲੇਸ਼ਨ 1 ਸਾਲ ਦੇ ਵਿੱਚ ਲਿਆ ਕੇ ਅਸੀਂ ਕਾਫੀ ਵੱਡੀ ਚੇਂਜ ਲਿਆਂਦੀ ਇਸ ਪ੍ਰੋਵਿੰਸ ਦੇ ਵਿੱਚ। ਅਮਰਜੋਤ ਜੀ, ਤੁਸੀਂ ਦੋਵੇਂ ਵੈਸੇ ਤਾਂ ਬ੍ਰੈਂਪਟਨ ਦੇ ਵਸਨੀਕਾਂ ਦੀ ਪ੍ਰਤੀਨਿਧਤਾ ਕਰਦੇ ਹੋ। ਜੇ ਬ੍ਰੈਂਪਟਨ ਦੇ ਖਾਸ ਤੌਰ 'ਤੇ ਗੱਲ ਆਪਾਂ ਕਰੀਏ ਤਾਂ ਬ੍ਰੈਂਪਟਨ ਵਾਸੀਆਂ ਨੂੰ ਕੀ ਫਾਇਦਾ ਹੋਇਆ ਇਸ ਸਾਲ ਵਿੱਚ? ਬਿਲਕੁਲ ਭਾਅ ਜੀ, ਦੇਖੋ ਓਵਰਆਲ ਜਿੱਦਾਂ ਪ੍ਰਾਮੀ ਨੇ ਕਿਹਾ ਕਿ ਸਾਡੀ ਗਵਰਨਮੈਂਟ ਨੇ ਪ੍ਰੋਮਿਸ ਕੀਤੇ ਸੀ 59 ਵਿੱਚੋਂ 37-38 ਪ੍ਰੋਮਿਸ ਜਿਹੜੇ ਆਲਰੇਡੀ ਪੂਰੇ ਕਰਤੇ ਆ। 50 ਪ੍ਰੋਮਿਸ ਜਿਹੜੇ ਇੱਦਾਂ ਦੇ ਵਿੱਚ ਉਹਨਾਂ 'ਤੇ ਐਕਸ਼ਨ ਹੋ ਚੁੱਕਾ ਆਲਰੇਡੀ, ਜਿਹੜੇ ਕਹਿ ਲਓ ਕਿ ਟੋਟਲ ਆਊਟ ਆਫ 59 50 ਪ੍ਰੋਮਿਸ 'ਤੇ ਐਕਸ਼ਨ ਹੋ ਚੁੱਕਾ ਵਾ। ਜੇ ਆਪਾਂ ਇਕੱਲੇ ਬ੍ਰੈਂਪਟਨ ਦੀ ਗੱਲ ਕਰੀਏ ਜੀ, ਬ੍ਰੈਂਪਟਨ ਲਈ ਓਵਰਆਲ ਫੰਡਿੰਗ ਦੇਖੋ ਜੀ, ਹੈਲਥ ਕੇਅਰ ਦੇ ਵਿੱਚ ਵੀ ਦੇਖੋ ਆਪਾਂ $1.3 billion ਦੀ ਫੰਡਿੰਗ ਜਿਹੜੀ ਇਨਕਰੀਜ਼ ਕੀਤੀ ਹੈ ਹੈਲਥ ਕੇਅਰ ਦੇ ਵਿੱਚ। ਐਜੂਕੇਸ਼ਨ ਦੇ ਵਿੱਚ ਅਸੀਂ $700 million ਦੀ ਫੰਡਿੰਗ ਇਨਕਰੀਜ਼ ਕੀਤੀ ਆ ਜੀ। ਬ੍ਰੈਂਪਟਨ ਦਾ ਹੋਰ ਆਪਾਂ ਦੇਖੋ, ਸੀਨੀਅਰਸ ਲਈ ਫਰੀ ਡੈਂਟਲ ਜਿਹੜੇ ਲੋ ਇਨਕਮ ਸੀਨੀਅਰਸ ਆ ਜੀ, 75% ਆਫ ਜਿਹੜੇ ਚਾਈਲਡ ਕੇਅਰ ਐਕਸਪੈਂਸਿਸ ਜਿਹੜੇ ਤੁਹਾਡੇ ਹੁੰਦੇ ਬੱਚਿਆਂ ਦੇ, ਉਹ ਪੇਰੈਂਟਸ ਨੂੰ ਵਾਪਸ ਆਉਣਗੇ ਅਪ ਟੂ ਆਲਮੋਸਟ 6,000 ਦਾ। ਜੇ ਕਿਸੇ ਦਾ ਇੱਕ ਬੱਚਾ ਉਹਨੂੰ ਫਾਇਦਾ ਹੋਊਗਾ, $82,300 ਦਾ ਜੇ ਦੋ ਬੱਚੇ ਉਹਨਾਂ ਨੂੰ ਫਾਇਦਾ ਹੋਊਗਾ। ਕੈਪ ਐਂਡ ਟ੍ਰੇਡ ਜਿੱਦਾਂ ਪ੍ਰਭ ਨੇ ਕਿਹਾ ਕਿ ਉਹ ਖਤਮ ਕੀਤਾ ਗਿਆ ਜੀ। ਯੋਰਕ ਯੂਨੀਵਰਸਿਟੀ ਦੀ ਸਟ੍ਰਾਈਕ ਅਸੀਂ ਖਤਮ ਕੀਤੀ ਜਦੋਂ ਸਾਡੀ ਗਵਰਨਮੈਂਟ ਬਣੀ ਆ ਜੀ। ਉਹਦੇ ਵਿੱਚੋਂ ਆਲਮੋਸਟ 4,000-5,000 ਬੱਚੇ ਜਿਹੜੇ ਬ੍ਰੈਂਪਟਨ ਤੋਂ ਯੋਰਕ ਯੂਨੀਵਰਸਿਟੀ ਪੜ੍ਹਨ ਜਾਂਦੇ ਆ, ਉਹ ਅਸੀਂ ਖਤਮ ਕੀਤੀ ਆ ਜੀ। ਹੋਰ ਕਾਫੀ ਜਿਹੜੇ ਐਕਸ਼ਨ ਜਿਹੜੇ ਲਏ ਗਏ ਗਵਰਨਮੈਂਟ ਨੇ। ਜਦੋਂ ਚੋਣਾਂ ਸੀ ਉਦੋਂ ਕਈ ਤਰ੍ਹਾਂ ਦੇ ਮੁੱਦੇ ਸਾਹਮਣੇ ਆਏ ਸੀ, ਇਰਰਿਸਪੈਕਟਿਵ ਆਫ ਦ ਰਾਈਡਿੰਗ, ਜਿਹੜੇ ਦੋ ਖਾਸ ਮੁੱਦੇ ਸਨ ਉਹਨਾਂ ਬਾਰੇ ਮੈਂ ਗੱਲ ਕਰਨਾ ਚਾਹੁੰਦਾ। ਉਹ ਸੀ ਬ੍ਰੈਂਪਟਨ ਦੇ ਵਿੱਚ ਯੂਨੀਵਰਸਿਟੀ ਅਤੇ ਇੱਕ ਨਵਾਂ ਹੋਸਪਿਟਲ, ਇਹਨਾਂ ਦੇ ਉੱਤੇ ਹਾਲੇ ਤੱਕ ਕੀ ਕੰਮ ਕੀਤਾ ਗਿਆ ਸਰਕਾਰ ਵੱਲੋਂ? ਯੂਨੀਵਰਸਿਟੀ ਤਾਂ ਦੇਖੋ ਭਾਅ ਜੀ, ਜਿੱਦਾਂ ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਕਰ ਚੁੱਕੇ ਹਾਂ ਕਿ ਜਦੋਂ ਲਿਬਰਲ ਸਰਕਾਰ ਬਣੀ ਸੀ ਜੀ, ਐਕਚੁਲੀ ਜਦੋਂ ਇਲੈਕਸ਼ਨ ਤੋਂ 1 ਮਹੀਨਾ ਪਹਿਲਾਂ ਜੂਨ ਦੇ ਵਿੱਚ ਇਲੈਕਸ਼ਨ ਸੀ ਅਤੇ ਮੇ ਦੇ ਵਿੱਚ ਉਹਨਾਂ ਨੇ ਅੱਗੇ ਇਹ ਅਨਾਊਂਸਮੈਂਟ ਕਰਤੀ ਸੀ ਯੂਨੀਵਰਸਿਟੀ ਲੈ ਕੇ ਆ ਰਹੇ ਹਾਂ ਬ੍ਰੈਂਪਟਨ ਦੇ ਵਿੱਚ। ਇਹ ਸਿਰਫ ਇੱਕ ਫੇਕ ਪ੍ਰੋਮਿਸ ਸੀ ਲੋਕਾਂ ਨੂੰ ਕਿ ਅਟਰੈਕਟ ਕਰਨ ਨੂੰ, ਕਿ ਜੇ ਵੋਟਾਂ ਜਿਹੜੀਆਂ ਗ੍ਰੈਬ ਕਰਨ ਨੂੰ ਕਿ ਅਸੀਂ ਯੂਨੀਵਰਸਿਟੀ ਅਨਾਊਂਸ ਕਰਤੀ ਆ ਜੀ। ਮੇਰੀ ਤਾਂ ਪ੍ਰਾਮੀ ਤੀ ਜੀ ਕਹਿ ਲਓ, ਰਾਜਸਥਾਨ ਯੂਨੀਵਰਸਿਟੀ ਨਾਲ ਕਈ ਵਾਰ ਮੀਟਿੰਗ ਹੋਈ ਆ। ਸਾਨੂੰ ਬਹੁਤ ਧੱਕਾ ਲੱਗਾ ਜਦੋਂ ਸਾਨੂੰ ਪਤਾ ਲੱਗਾ ਕਿ ਜਿਹੜੀ ਫੰਡਿੰਗ ਕੋਈ ਐਲੋਕੇਟ ਨਹੀਂ ਕੀਤੀ ਗਈ, ਜਸਟ ਇੱਕ ਫੇਕ ਅਨਾਊਂਸਮੈਂਟ ਕੀਤੀ ਗਈ ਸੀ ਲਿਬਰਲ ਵੱਲੋਂ ਜਸਟ ਟੂ ਗ੍ਰੈਬ ਦਾ ਵੋਟਸ। ਅਤੇ ਪ੍ਰੀਮੀਅਰ ਸਾਹਿਬ ਨੇ ਪਹਿਲਾਂ ਹੀ ਕਿਹਾ ਸੀ ਕਿ ਜਿਹੜੇ ਇਲੈਕਸ਼ਨ ਵੇਲੇ ਪ੍ਰੋਮਿਸ ਕੀਤੇ ਗਏ ਆ ਨਾ, ਉਹ ਅਸੀਂ ਪ੍ਰੋਮਿਸ ਪੂਰੇ ਨਹੀਂ ਕਰਾਂਗੇ। ਜਿਹੜੀ ਪ੍ਰੋਮਿਸ ਜਿਹੜੀ, ਕਿਉਂਕਿ ਪ੍ਰੋਮਿਸ ਜਿਹੜੀ ਆਰਥਿਕ ਸਥਿਤੀ ਆ ਜੀ, ਬਹੁਤ ਮਾੜੀ ਆ। $343 billion ਦਾ ਜਿਹੜਾ ਕਰਜ਼ਾ ਅੰਟਾਰੀਓ ਦਾ ਚੜਿਆ ਹੋਇਆ, ਸਬ ਨੈਸ਼ਨਲ ਜਿਹੜਾ ਡੈਟ ਵਰਲਡ ਦੇ ਵਿੱਚ ਸਭ ਤੋਂ ਜ਼ਿਆਦਾ ਇਹ ਡੈਟ ਆ ਜੀ। $15 billion ਦਾ ਡੈਫੀਸਿਟ ਹੈ ਸਾਡੇ 'ਤੇ ਜੀ। ਸੋ ਪ੍ਰੀਮੀਅਰ ਨੇ ਕਿਹਾ ਸੀ ਕਿ ਜਿਹੜੇ ਇਲੈਕਸ਼ਨ ਟਾਈਮ 'ਤੇ ਪ੍ਰੋਮਿਸ ਕੀਤੇ ਗਏ ਆ ਜਸਟ ਟੂ ਗ੍ਰੈਬ ਦਾ ਵੋਟਸ, ਉਹ ਪ੍ਰੋਮਿਸ ਜਿਹੜੇ ਪੂਰੇ ਨਹੀਂ ਕੀਤੇ ਜਾਣਗੇ। ਯੂਨੀਵਰਸਿਟੀ ਦੀ ਬਿਲਕੁਲ ਲੋੜ ਆ ਜੀ ਬ੍ਰੈਂਪਟਨ ਦੇ ਵਿੱਚ, ਅਸੀਂ ਦਿਨ ਰਾਤ ਕੰਮ ਕਰ ਰਹੇ ਹਾਂ, ਮੈਂ ਅਤੇ ਪ੍ਰਾਪੇ ਦੇ ਉੱਤੇ। ਸੋ ਹੋਪਫੁਲੀ ਰਿਜ਼ਲਟਸ ਜਿਹੜੇ ਤੁਹਾਨੂੰ ਜਦੋਂ ਬੈਲੈਂਸ ਜਿਹੜਾ ਬਜਟ ਜਿਹੜਾ ਬੈਲੈਂਸ ਹੋਊਗਾ, ਫਿਰ ਅਸੀਂ ਹੋਰ ਜ਼ੋਰ ਨਾਲ ਪੁਸ਼ ਕਰਾਂਗੇ। ਤੁਸੀਂ ਕਹਿ ਰਹੇ ਹੋ ਕੰਮ ਕਰ ਰਹੇ ਹਾਂ, ਪਰ ਆਪੋਜੀਸ਼ਨ ਦਾ ਕਹਿਣਾ ਕਿ ਸਰਕਾਰ ਨੇ ਆਪ ਤਾਂ ਆਪਣੇ ਗੱਲਾਂ 'ਤੇ ਕੀ ਧਿਆਨ ਰੱਖਣਾ, ਜਦੋਂ ਅਸੀਂ ਯਾਦ ਕਰਨ ਵਾਸਤੇ ਕਰਵਾਉਣ ਵਾਸਤੇ ਕੋਈ ਮੋਸ਼ਨ ਲੈ ਕੇ ਆਉਂਦੇ ਹਾਂ
ਤਾਂ ਬ੍ਰੈਂਪਟਨ ਦੇ ਜਿਹੜੇ ਦੋਵੇਂ ਐਮ ਪੀ ਪੀ ਹੈ ਉਸ ਵੋਟ ਦੇ ਵਿੱਚ ਉੱਥੇ ਹਾਊਸ ਦੇ ਵਿੱਚ ਐਬਸੈਂਟ ਰਹਿੰਦੇ ਨੇ। ਬ੍ਰੈਂਪਟਨ ਵਾਸੀਆਂ ਪ੍ਰਤੀ ਤੁਹਾਡੀ ਵਫ਼ਾਦਾਰੀ 'ਤੇ ਸਿੱਧਾ ਸਵਾਲ ਉੱਠਦਾ ਦਿਖਾਈ ਦੇ ਰਿਹਾ, ਕੀ ਕਹਿਣਾ ਚਾਹੋਗੇ? ਦੇਖੋ ਜੀ, ਮੋਸ਼ਨ ਜਦੋਂ ਤੁਸੀਂ ਜਦੋਂ ਆਪੋਜੀਸ਼ਨ 'ਚ ਹੁੰਦੇ ਨਾ, ਕੋਈ ਵੀ ਤੁਸੀਂ ਮੋਸ਼ਨ ਲੈ ਆਓ, ਅੱਜ ਆਪਾਂ ਫੰਡਿੰਗ 'ਤੇ ਪੌਜ਼ ਲਾਇਆ, ਤੁਸੀਂ ਕੱਲ੍ਹ ਨੂੰ ਮੋਸ਼ਨ ਲੈ ਕੇ ਆ ਰਹੇ ਸਾਨੂੰ ਯੂਨੀਵਰਸਿਟੀ ਚਾਹੀਦੀ ਆ। ਜਿੱਦਾਂ ਤਰ ਮੈਂ ਕਿਹਾ ਯੋਰਕ ਯੂਨੀਵਰਸਿਟੀ ਸਟ੍ਰਾਈਕ, ਤੁਹਾਨੂੰ ਰਿਮਾਇੰਡ ਕਰਵਾਈ ਕਿ 5000 ਬੱਚਾ ਬ੍ਰੈਂਪਟਨ ਤੋਂ ਜਾਂਦਾ ਵਾ ਜੀ। ਐਨ ਡੀ ਪੀ ਨੇ ਅਸੀਂ ਉਹ ਮੋਸ਼ਨ ਲਿਆਂਦਾ ਸੀ ਟੂ ਐਂਡ ਦਾ ਸਟ੍ਰਾਈਕ, ਕਿ ਸਟ੍ਰਾਈਕ ਨੂੰ ਖਤਮ ਕੀਤਾ ਜਾਵੇ, ਬੱਚਿਆਂ ਦਾ ਜਿਹੜਾ ਕਰੀਅਰ ਆ ਉਹ ਦਾਅ 'ਤੇ ਲੱਗਾ ਪਿਆ, ਬੱਚੇ ਚਾਰ ਚਾਰ ਪੰਜ ਪੰਜ ਮਹੀਨੇ ਹੋਏ ਘਰੇ ਬੈਠੇ ਆ। ਅਤੇ ਐਨ ਡੀ ਪੀ ਦੇ ਜਿਹੜੇ ਬ੍ਰੈਂਪਟਨ ਦੇ ਆਪਣੇ ਹੈਗੇ ਜਿਹੜੇ ਨੁਮਾਇੰਦੇ ਤਿੰਨੇ, ਉਹਨਾਂ ਨੇ ਉਹਦੇ ਅਗੇਂਸਟ ਵੋਟ ਪਾਈ ਸੀ ਮੋਸ਼ਨ ਦੇ ਕਿ ਜਿਹੜੀ ਸਟ੍ਰਾਈਕ ਆ ਖਤਮ ਨਹੀਂ ਹੋਣੀ ਚਾਹੀਦੀ। ਇੱਕ ਬੰਨੇ ਤੁਸੀਂ ਜਿਹੜੇ 5000 ਬੱਚੇ ਆ ਉਹਨਾਂ ਦੇ ਕਰੀਅਰ ਤੁਸੀਂ ਦਾਅ 'ਤੇ ਲਾਇਆ ਹੋਇਆ ਕਿ ਨਹੀਂ ਸਾਨੂੰ ਸਟ੍ਰਾਈਕ ਚੱਲਦੀ ਰਹਿਣੀ ਚਾਹੀਦੀ ਹੈ, ਬੱਚਿਆਂ ਦਾ ਸਾਨੂੰ ਕੋਈ ਫਿਕਰ ਨਹੀਂ ਆ। ਇੱਕ ਬੰਨੇ ਤੁਸੀਂ ਪੋਲੀਟੀਕਲੀ ਮੋਟੀਵੇਟਡ ਜਿਹੜਾ ਹੈਗਾ ਕਿ ਉਹ ਮੋਸ਼ਨ ਲੈ ਕੇ ਆ ਰਹੇ ਹਾਂ ਕਿ ਨਹੀਂ ਜੀ ਸਾਨੂੰ ਯੂਨੀਵਰਸਿਟੀ ਚਾਹੀਦੀ ਆ, ਡਜ਼ਨਟ ਮੇਕ ਸੈਂਸ। ਜਿਹੜਾ ਮੋਸ਼ਨ ਹੈ ਨੋਨ ਬਾਇੰਡਿੰਗ ਸੀ ਜੀ, ਐਨ ਡੀ ਪੀ ਵਾਲੇ ਹਮੇਸ਼ਾ ਇਹ ਚੀਜ਼ਾਂ 'ਤੇ ਪੋਲੀਟਿਕਸ ਖੇਡਦੇ ਆ, ਅਸੀਂ ਬਟ ਐਕਚੁਅਲੀ ਜਿਹੜਾ ਵਾ ਕੰਮ ਕਰ ਰਹੇ ਹਾਂ। ਤੁਹਾਨੂੰ ਰਿਜ਼ਲਟਸ ਜਿਹੜਾ ਜਿੱਦਾਂ ਪ੍ਰਮਿਤ ਕਈ ਵਾਰੀ ਕਹਿੰਦਾ ਹੁੰਦਾ ਕਿ ਸਾਡਾ ਤੁਸੀਂ ਟਰੈਕ ਰੈਕਰਡ ਦੇਖ ਲਓ 4 ਸਾਲ ਦਾ, ਅਤੇ ਐਨ ਡੀ ਪੀ ਦਾ ਤੁਸੀਂ ਦੇਖ ਲਿਓ, ਸੋਰੀ ਲਿਬਰਲ ਦਾ ਪਿਛਲੇ 15 ਸਾਲ ਦਾ ਦੇਖ ਲਿਓ ਜੀ, ਉਹ ਤੁਸੀਂ ਆਪੇ ਫਿਰ ਕੰਪੇਅਰ ਕਰਕੇ ਦੱਸੋਗੇ ਕਿੰਨੇ ਕੰਮ ਜ਼ਿਆਦਾ ਕੀਤਾ ਜੀ। ਇਸ ਤੋਂ ਇਲਾਵਾ ਪ੍ਰਮਿਤ ਜੀ, ਇੱਕ ਹੋਰ ਜਿਹੜਾ ਵੱਡਾ ਇਸ਼ੂ ਚੋਣਾਂ ਵੇਲੇ ਰਿਹਾ ਸੀਗਾ, ਉਹ ਸੀ ਆਟੋ ਇੰਸ਼ੋਰੈਂਸ ਦਾ। ਸਾਡਾ ਇੰਸ਼ੋਰੈਂਸ ਪਲਾਨ ਕੀ ਹੈਗਾ? ਉਹ ਹੈਗਾ ਕਿ ਇੱਕ ਵਧੀਆ ਡਰਾਈਵਰ, ਚਾਹੇ ਉਹ ਬ੍ਰੈਂਪਟਨ 'ਚ ਰਹੇ, ਚਾਹੇ ਉਹ ਕੈਲਡਨ 'ਚ ਰਹੇ, ਚਾਹੇ ਉਹ ਆਟਵਾ 'ਚ ਰਹੇ ਜੀ, ਉਸ ਡਰਾਈਵਰ ਦੀ ਇੰਸ਼ੋਰੈਂਸ ਇਕੁਅਲ ਹੋਣੀ ਚਾਹੀਦੀ ਹੈ। ਅ ਗੁੱਡ ਡਰਾਈਵਰ ਇਨ ਬ੍ਰੈਂਪਟਨ ਸ਼ੁੱਡ ਮੇਕ ਸ਼ੁੱਡ ਪੇ ਐਸ ਮਚ ਐਸ ਅ ਗੁੱਡ ਡਰਾਈਵਰ ਐਨੀਵੇਅਰ ਐਲਸ ਇਨ ਓਨਟਾਰੀਓ। ਸੋ ਉਸ ਦੇ ਹਿਸਾਬ ਨਾਲ ਅਸੀਂ ਇਹ ਜਿਹੜੀ ਆਟੋ ਇੰਸ਼ੋਰੈਂਸ ਦੀ ਪਾਲਿਸੀ ਆ ਉਹ ਅਸੀਂ ਲਿਆ ਰਹੇ ਹਾਂ। ਉਸ ਨਾਲ ਅਸੀਂ ਚੋਇਸ ਵੀ ਵਧਾ ਰਹੇ ਹਾਂ, ਕੰਜ਼ੂਮਰ ਦੀ ਚੋਇਸ ਵੀ ਵਧਾ ਰਹੇ ਹਾਂ ਅਸੀਂ। ਸੋ ਹਰ ਇੱਕ ਕਾਫੀ ਚੇਂਜਸ ਲਿਆ ਰਹੇ ਹਾਂ ਉਸ ਵਿੱਚ, ਇੰਡਸਟਰੀ ਵਿੱਚ ਅਤੇ ਆਉਣ ਵਾਲੇ ਚਿਰ ਦੇ ਵਿੱਚ, ਸਮੇਂ ਦੇ ਵਿੱਚ ਤੁਸੀਂ ਉਸ ਦੀ ਚੇਂਜ ਜ਼ਰੂਰ ਵੇਖ ਸਕਦੇ। ਤੁਸੀਂ ਕਹਿ ਰਹੇ ਰੈਗੂਲੇਟਰੀ ਚੇਂਜਸ ਆਪਾਂ ਲੈ ਕੇ ਆ ਰਹੇ ਹਾਂ, ਪਰ ਪਿਛਲੇ ਸਮੇਂ 'ਚ ਦੇਖਿਆ ਜਾਏ, ਖਾਸ ਤੌਰ 'ਤੇ ਜੇ ਮੈਂ ਕਮਰਸ਼ੀਅਲ ਇੰਸ਼ੋਰੈਂਸ ਦੀ ਗੱਲ ਕਰਾਂ, ਤਾਂ ਪਿਛਲੇ ਸਮੇਂ 'ਚ ਕਿਹਾ ਜਾ ਰਿਹਾ ਕਿ 40% ਤੱਕ ਜਿਹੜੀ ਇੰਸ਼ੋਰੈਂਸ ਆ ਕਮਰਸ਼ੀਅਲ ਵਹੀਕਲਸ ਦੀ ਉਹ ਵੱਧ ਗਈ ਹੈ, ਅਤੇ ਉਹ ਚੇਂਜਸ ਦਾ ਕਿਸ ਤਰ੍ਹਾਂ ਦਾ ਇੰਪੈਕਟ ਪੈ ਰਿਹਾ ਫਿਰ? ਸੋ ਐਕਚੁਅਲੀ ਹਾਂਜੀ, ਜਿਹੜੇ ਤੁਸੀਂ ਗੱਲ ਕਰ ਰਹੇ ਹੋ ਆਪਣੀ ਜਿਹੜੀ 40% ਕਮਰਸ਼ੀਅਲ ਇੰਸ਼ੋਰੈਂਸ, ਅਸੀਂ ਮੈਂ ਅਤੇ ਅਮਰਜੋਤ ਨੇ ਐਕਚੁਅਲੀ ਆਈ ਥਿੰਕ 5 ਕੁ ਮਹੀਨੇ ਪਹਿਲਾਂ 6 ਮਹੀਨੇ ਪਹਿਲਾਂ ਇੱਕ ਰਾਊਂਡ ਟੇਬਲ ਸੈੱਟ ਕੀਤਾ ਸੀਗਾ, ਜਿਸ ਦੇ ਵਿੱਚ ਇਹੀ ਇਸ਼ੂ ਆ ਰਿਹਾ ਸੀਗਾ ਜੀ। ਸੋ ਅਸੀਂ, ਸਾਨੂੰ ਕੀ ਮਹਿਸੂਸ ਹੁੰਦਾ ਵੀ ਜਿਹੜੇ ਪਿਛਲੀ ਸਰਕਾਰ ਰਹੀ ਆ ਉਹਨਾਂ ਨੇ ਇਸ ਚੀਜ਼ ਦੇ ਉੱਤੇ ਕੋਈ ਧਿਆਨ ਨਹੀਂ ਦਿੱਤਾ। ਅਸੀਂ ਇੱਥੇ ਆਣ ਕੇ ਤੁਹਾਨੂੰ ਕਹਿ ਸਕਦੇ ਵੀ ਅਸੀਂ ਇੰਨੇ % ਤੁਹਾਡਾ ਰੇਟ ਘਟਾ ਦੇਣਾ, ਪਰ ਪਿਛਲੀ ਸਰਕਾਰ ਨੇ ਵੀ ਇੱਦਾਂ ਕਿਹਾ ਸੀ, ਉਹਨਾਂ ਦਾ ਕੋਈ ਫਰਕ ਨਹੀਂ ਪਿਆ, ਉਹ ਸਗੋਂ ਸਾਡੇ ਰੇਟ ਹੋਰ ਵੱਧ ਚੁੱਕੇ ਆ ਜੀ। ਸਾਡਾ ਜੋ ਮਕਸਦ ਹੈਗਾ ਵੀ ਅਸੀਂ ਇਸ ਚੀਜ਼ ਦਾ ਰੂਟ ਕਾਜ਼ ਲੱਭ ਕੇ, ਚਾਹੇ ਕਮਰਸ਼ੀਅਲ ਹੋਵੇ ਚਾਹੇ ਆਟੋ ਇੰਸ਼ੋਰੈਂਸ ਹੋਵੇ, ਉਸ ਨੂੰ ਲੈ ਕੇ ਅਸੀਂ ਚੇਂਜ ਕਰਨੀ, ਜੋ ਅਸੀਂ ਬਜਟ ਵਿੱਚ ਵੀ ਤੁਸੀਂ ਵੇਖ ਸਕਦੇ ਹਾਂ। ਸਾਡਾ ਬਜਟ ਦੇ ਵਿੱਚ ਕੋਈ ਸਰਕਾਰ ਨੇ ਇਹੋ ਜਿਹੇ ਵੱਡੇ ਸਟੈਪ ਨਹੀਂ ਚੁੱਕੇ ਹਜੇ ਤੱਕ ਆਟੋ ਇੰਸ਼ੋਰੈਂਸ ਜਾਂ ਇੰਸ਼ੋਰੈਂਸ ਇੰਡਸਟਰੀ ਵਿੱਚ ਵੀ ਉਸ ਚੀਜ਼ ਨੂੰ ਕੰਪਲੀਟਲੀ ਓਵਰਹਾਲ ਕਰੇ। ਸੋ ਉਸ ਦੇ ਨਾਲ ਨਾਲ ਅਸੀਂ ਉਮੀਦ ਰੱਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ, ਚਾਹੇ ਕਮਰਸ਼ੀਅਲ ਇੰਸ਼ੋਰੈਂਸ ਹੋਵੇ ਚਾਹੇ ਆਟੋ ਇੰਸ਼ੋਰੈਂਸ ਹੋਵੇ, ਉਹਦੇ ਵਿੱਚ ਕਾਫੀ ਚੇਂਜਸ ਆਊਗੀਆਂ। ਹੈਲਥ ਦੀ ਆਪਾਂ ਗੱਲ ਕਰ ਰਹੇ ਸੀ, ਕਾਫੀ ਪੰਪਿੰਗ ਤੁਸੀਂ ਕਹਿ ਇਨਕਮ ਤੁਸੀਂ ਫੰਡਿੰਗ ਕਹਿ ਰਹੇ ਹੋ, ਇਸ ਕਾਫੀ ਪੰਪਿੰਗ ਕੀਤੀ ਹੈ, ਕੀ ਬ੍ਰੈਂਪਟਨ ਵਾਸੀ ਉਮੀਦ ਕਰ ਸਕਦੇ ਨੇ ਕਿ ਆਉਂਦੇ ਸਮੇਂ 'ਚ ਨਵਾਂ ਹੋਸਪਿਟਲ ਆਏਗਾ ਇੱਥੇ? ਸਾਡੀ ਜੋ ਬਜਟ ਦੇ ਵਿੱਚ, ਜਿਵੇਂ ਅਮਰਜੋਤ ਭਾਅ ਜੀ ਉਹਨਾਂ ਨੇ ਕਿਹਾ ਸੀਗਾ, ਉਹਦੇ ਵਿੱਚ $1.3 billion ਐਕਸਟਰਾ ਅਸੀਂ ਹੈਲਥ ਕੇਅਰ ਲਈ ਲਾਗੂ ਕੀਤਾ ਸੀ। ਉਹਦੇ ਵਿੱਚ ਇਹ ਵੀ ਗਿਣਿਆ ਜਾਂਦਾ ਵੀ ਅਸੀਂ ਓਵਰ $300 million ਹੋਸਪਿਟਲਸ ਦੇ ਵਾਧੇ ਵਾਸਤੇ ਕੀਤਾ ਸੀਗਾ ਬੇਸ ਫੰਡਿੰਗ ਵਾਸਤੇ। ਜਦੋਂ ਅਸੀਂ ਹੋਮ ਕੇਅਰ ਦੀ ਗੱਲ ਕਰਦੇ ਹਾਂ, ਉਹ $200 million ਦੇ ਵੱਧ ਦੇ ਵਧਾਇਆ ਗਿਆ ਸੀ। ਉਹਦੇ ਵਿੱਚ ਲੌਂਗ ਟਰਮ ਕੇਅਰ ਦੀ ਗੱਲ ਕਰਦੇ, ਉਹਦੇ ਵਿੱਚ ਅਸੀਂ ਓਵਰ 5,000 ਬੈੱਡ ਜਿਹੜੇ ਹੈਗੇ ਆ ਅੰਟਰੀਓ ਦੇ ਵਿੱਚ ਲਾ ਚੁੱਕੇ। ਸਾਡਾ ਪ੍ਰੋਮਿਸ ਹੈਗਾ 15,000। ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਕਿ ਸਾਡੇ ਕੈਪੀਟਲ ਗ੍ਰਾਂਟਸ ਵੀ ਹੈਗੇ ਇਸ ਬਜਟ ਦੇ ਵਿੱਚ $17 billion ਦੇ ਲਾਗੇ, ਉਸ ਦੇ ਵਿੱਚ ਮੈਂ ਅਤੇ ਅਮਰਜੋਤ ਦਿਨ ਰਾਤ ਇਸ ਚੀਜ਼ ਉੱਤੇ ਕੰਮ ਕਰ ਰਹੇ ਹਾਂ। ਬ੍ਰੈਂਪਟਨ ਦੀ ਹੈਲਥ ਕੇਅਰ, ਅਸੀਂ ਹੈਰਾਨ ਰਹਿ ਗਏ ਜਦੋਂ ਸਾਡੀ ਪਹਿਲੀ ਮੀਟਿੰਗ ਅਸੀਂ ਇਲੈਕਸ਼ਨ ਤੋਂ ਬਾਅਦ, ਮੈਂ ਅਮਰਜੋਤ ਅਤੇ ਅਸੀਂ ਹੈਲਥ ਮਿਨਿਸਟਰੀ ਅਤੇ ਈਵਨ ਸਾਡੇ ਬ੍ਰੈਂਪਟਨ ਸਿਵਿਕ ਦੇ ਹੋਸਪਿਟਲ ਵੱਲ ਗਏ ਸੀਗੇ। ਪਿਛਲੇ 15 ਸਾਲਾਂ ਦੇ ਵਿੱਚ ਹੈਲਥ ਕੇਅਰ ਲਈ ਕਿਸ ਨੇ ਆਵਾਜ਼ ਨਹੀਂ ਉਠਾਈ ਬ੍ਰੈਂਪਟਨ ਦੀ? ਜੇ ਤੁਸੀਂ ਬ੍ਰੈਂਪਟਨ ਦਾ ਰੈਕਰਡ ਵੇਖੋ ਪਿਛਲੇ 15 ਸਾਲ ਜਾਂ ਜਿਹੜੀ ਵੀ ਗਵਰਨਮੈਂਟ ਸੀ, ਜਿਹੜੇ ਵੀ ਰੈਪ੍ਰਜੈਂਟੇਟਿਵ ਸੀਗੇ, ਸਭ ਤੋਂ ਲੋਵੈਸਟ ਫੰਡਿੰਗ ਬ੍ਰੈਂਪਟਨ ਦੇ ਵਿੱਚ ਜੀ। ਸਾਰੇ ਪ੍ਰੋਵਿੰਸ ਨੂੰ ਤੁਸੀਂ ਲੈ ਕੇ ਵੇਖ ਲਓ, ਸਭ ਤੋਂ ਘੱਟ ਫੰਡਿੰਗ ਹੈਗੀ ਆ ਬ੍ਰੈਂਪਟਨ ਦੇ ਵਿੱਚ। ਅਤੇ ਇਸ ਚੀਜ਼ ਨੂੰ ਅਸੀਂ, ਮੈਂ ਅਤੇ ਅਮਰਜੋਤ ਨੇ ਉਸ ਵੇਲੇ, ਚਾਹੇ ਸਾਡੇ ਪ੍ਰੀਮੀਅਰ ਸੀਗੇ ਚਾਹੇ ਸਾਡੇ ਹੈਲਥ ਮਿਨਿਸਟਰੀ, ਅਸੀਂ ਇਸ ਚੀਜ਼ ਨੂੰ ਪੁਆਇੰਟ ਆਊਟ ਕੀਤਾ ਅਤੇ ਇਸ ਚੀਜ਼ ਲਈ ਅਸੀਂ ਲੜ ਰਹੇ ਹਾਂ। ਸੋ ਜਿਵੇਂ ਅਮਰਜੋਤ ਭਾਅ ਜੀ ਨੇ ਕਿਹਾ ਸੀਗਾ, ਜਦੋਂ ਤੁਸੀਂ ਸਾਡਾ ਰੈਕਰਡ ਵੇਖੋਗੇ ਜੋ ਕਿ ਐਂਡਿੰਗ ਹੋਵੇ ਹੈਲਥ ਕੇਅਰ, ਉਹਦੇ ਵਿੱਚ ਬ੍ਰੈਂਪਟਨ ਵੀ ਆਉਂਦਾ, ਜਦੋਂ ਤੁਸੀਂ ਸਾਡੇ 15 ਸਾਲ ਇਲੈਕਸ਼ਨ ਵੇਲੇ ਵੇਖੋਗੇ ਵੀ ਸਾਡਾ ਕੀ ਰੈਕਰਡ ਹੈਗਾ ਹੈਲਥ ਕੇਅਰ ਉੱਤੇ, ਅਤੇ ਪਿਛਲੀ ਸਰਕਾਰ ਦਾ ਤੁਸੀਂ ਚਾਹੇ 15
ਕ੍ਰਿਸਟੀਨ ਐਲੀਅਟ ਜਿਹੜੇ ਹੈਲਥ ਮਿਨਿਸਟਰ ਹੈਗੇ ਉਹਨਾਂ ਦੇ ਹੇਠ ਉਹਦੇ ਵਿੱਚ ਬ੍ਰੈਂਪਟਨ ਨੂੰ ਬਹੁਤ ਜ਼ਿਆਦਾ ਵੱਧ ਗਿਣਤੀ ਵਿੱਚ ਫਰਕ ਪਿਆ ਹੈਲਥ ਕੇਅਰ 'ਚ। ਅਸੀਂ ਗੱਲਬਾਤ ਕਰ ਰਹੇ ਹਾਂ ਜੀ ਐਸੋਸੀਏਟ ਮਿਨਿਸਟਰ ਪ੍ਰਭਮੀਤ ਸਰਕਾਰੀਆ ਅਤੇ ਐਮ ਪੀ ਪੀ ਬ੍ਰੈਂਪਟਨ ਵੈਸਟ ਤੋਂ ਅਮਰਜੋਤ ਸਿੰਘ ਸੰਧੂ। ਆਪਾਂ ਗੱਲਬਾਤ ਕਰ ਰਹੇ ਸੀ ਐਜੂਕੇਸ਼ਨ ਬਾਰੇ ਕਿ ਉਹਦੇ ਵਿੱਚ ਵੀ ਕਾਫੀ ਫੰਡਿੰਗ ਆਪਾਂ ਪੰਪ ਇਨ ਕਰ ਰਹੇ ਹਾਂ, ਬਟ ਟੀਚਰਸ ਅਤੇ ਸਟੂਡੈਂਟ ਬਹੁਤੇ ਖੁਸ਼ ਨਹੀਂ ਲੱਗ ਰਹੇ, ਭਾਵੇਂ ਉਹ ਕਲਾਸ ਸਾਈਜ਼ ਨੂੰ ਵਧਾਉਣ ਦੀ ਗੱਲ ਹੋਵੇ, ਭਾਵੇਂ ਟੀਚਰਸ ਦੀ ਜੋਬ ਕੱਟ ਕਰਨ ਦੀ ਗੱਲ ਹੋਵੇ, ਇਹਨੂੰ ਕਿਵੇਂ ਜਸਟੀਫਾਈ ਕਰਦੇ ਹੋ? ਦੇਖੋ ਭਾਅ ਜੀ, ਜਿੱਦਾਂ ਮੈਂ ਦੱਸਿਆ ਕਿ ਐਜੂਕੇਸ਼ਨ ਦੇ ਤੁਸੀਂ ਓਵਰਆਲ ਜੇ ਦੇਖੋ ਕਿ 700 ਮਿਲੀਅਨ ਡਾਲਰ ਦੀ ਜਿਹੜੀ ਫੰਡਿੰਗ ਆ ਪਿਛਲੇ ਬਜਟ ਨਾਲੋਂ, ਜਿਹੜਾ ਲਿਬਰਲ ਸਰਕਾਰ ਦਾ ਕਹਿ ਲਓ ਕਿ ਜਾਣ ਵੇਲੇ ਦਾ ਬਜਟ ਸੀ, ਜਦੋਂ ਇਲੈਕਸ਼ਨ ਟਾਈਮ ਹੁੰਦਾ ਬਜਟ ਦੇ ਵਿੱਚ ਕਿੰਨਾ ਵਾਧੇ ਵਾਲਾ ਬਜਟ ਪੇਸ਼ ਕਰਦੇ ਆ, ਸੋ 700 ਮਿਲੀਅਨ ਡਾਲਰ ਦਾ ਅਸੀਂ ਜਿਹੜੀ ਫੰਡਿੰਗ ਇਨਕਰੀਜ਼ ਕੀਤੀ ਗਈ ਸੀ ਜੀ। 1.6 ਬਿਲੀਅਨ ਡਾਲਰ ਦੀ ਫੰਡਿੰਗ ਜਿਹੜੀ 1.6 ਬਿਲੀਅਨ ਡਾਲਰ ਦੀ ਫੰਡਿੰਗ ਜਿਹੜੀ ਐਕਸਟਰਾ ਅਡੀਸ਼ਨਲ ਫੰਡਿੰਗ ਸੀ, ਕੋਈ ਟੀਚਰ ਕਿਹੜੀ ਕਿਸੇ ਦੀ ਜੋਬ ਲੋਸ ਨਾ ਹੋਵੇ ਟੀਚਰ ਜੋਬ ਪ੍ਰੋਟੈਕਸ਼ਨ ਦੇ ਲਈ, ਹੋਰ ਚੇਂਜਸ ਕਾਫੀ। ਜਿਹੜਾ ਕਲਾਸ ਸਾਈਜ਼ ਦੀ ਤੁਸੀਂ ਗੱਲ ਕੀਤੀ, ਜੋ ਐਡਾ ਮੇਜਰ ਕਲਾਸ ਸਾਈਜ਼ ਦਾ ਚੇਂਜ ਨਹੀਂ ਹੋ ਰਿਹਾ, ਕਿੰਡਰਗਾਰਡਨ ਤੋਂ ਲੈ ਕੇ ਗ੍ਰੇਡ 4 ਤੱਕ ਕੋਈ ਚੇਂਜ ਨਹੀਂ ਕਰ ਰਹੇ ਸੀ। ਗ੍ਰੇਡ 4 ਤੋਂ ਲੈ ਕੇ ਗ੍ਰੇਡ 8 ਤੱਕ ਇੱਕ ਬੱਚੇ ਦੀ ਜੇ ਵਾਧਾ ਹੋਊਗਾ ਤਾਂ ਹੋਊਗਾ, ਅਤੇ ਗ੍ਰੇਡ 8 ਤੋਂ ਲੈ ਕੇ ਗ੍ਰੇਡ 12 ਤੱਕ 4 ਬੱਚਿਆਂ ਦਾ ਮੈਕਸੀਮਮ ਜਿਹੜਾ ਵਾ ਉਹ ਜਿਹੜਾ ਵਾਧਾ ਹੋਊਗਾ। ਜਿਹੜਾ ਇਹ ਟੀਚਰਸ ਜਿਹੜੇ ਫੀਅਰ ਮੌਂਗਰਿੰਗ ਕਰ ਰਹੇ ਆ ਜਾਂ ਯੂਨੀਅਨਸ ਕਰ ਰਹੀਆਂ, ਇਹ ਜਿਹੜਾ ਹਰ ਸਾਲ ਦਾ ਪ੍ਰੋਸੈਸ ਹੁੰਦਾ ਜੀ, ਜਿਹੜੇ ਡਿਸਟ੍ਰਿਕਟ ਸਕੂਲ ਬੋਰਡ ਹੁੰਦੇ ਆ ਹਰ ਸਾਲ ਟੀਚਰਸ ਨੂੰ ਸਮਰ ਟਾਈਮ ਸਰਪਲਸ ਕਰਦੇ ਆ, ਫਿਰ ਉਹਨਾਂ ਨੂੰ ਸਪਟੈਂਬਰ ਦੇ ਵਿੱਚ ਵਾਪਸ ਬੁਲਾਉਂਦੇ ਆ ਜੀ। ਸੋ ਪ੍ਰੀਮੀਅਰ ਸਾਡੇ ਕਈ ਵਾਰੀ ਗੱਲ ਕਹਿ ਚੁੱਕੇ ਆ ਸਾਰੇ ਟੀਚਰਸ ਨੂੰ ਕਿ ਤੁਸੀਂ ਸਪਟੈਂਬਰ ਤੱਕ ਵੇਟ ਕਰੋ, ਕੋਈ ਟੀਚਰ ਜਿਹੜਾ ਵਾ ਉਹਦੀ ਜੋਬ ਲੋਸ ਨਹੀਂ ਹੋਊਗੀ। ਠੀਕ ਹੈ ਜੀ। ਜੇ ਤੁਸੀਂ ਫੰਡਿੰਗ ਦੇਖੋ ਐਕਸਟਰਾ ਜਿੱਦਾਂ 1.6 ਬਿਲੀਅਨ ਡਾਲਰ ਦੀ ਸਪੈਸ਼ਲੀ ਫੰਡਿੰਗ ਇਹਦੇ ਕਰਕੇ ਜਿਹੜੀ ਐਲੋਕੇਟ ਕੀਤੀ ਗਈ ਆ ਕਿ ਟੀਚਰ ਜਿਹੜਾ ਉਹਦੀ ਜੋਬ ਲੋਸ ਨਾ ਹੋ। ਜਿਹੜਾ ਆਪਾਂ ਕਲਾਸ ਸਾਈਜ਼ ਇਨਕਰੀਜ਼ ਕੀਤਾ ਜਾਂ ਹੋਰ ਕੋਈ ਚੇਂਜਸ ਲਿਆਉਂਦੇ ਨੇ, ਇਸ ਬਾਰੇ ਕੀ ਸਰਕਾਰ ਨੇ ਕਿਸੇ ਟੀਚਰ ਯੂਨੀਅਨ ਨਾਲ ਕਿਸੇ ਹੋਰ ਨਾਲ ਕੋਈ ਸਲਾਹ ਮਸ਼ਵਰਾ ਕੀਤਾ ਸੀ ਪਹਿਲਾਂ? ਬਿਲਕੁਲ ਜੀ, ਦੇਖੋ ਜਿੱਦਾਂ ਤੁਸੀਂ ਇਹ ਦੂਜੀਆਂ ਪ੍ਰੋਵਿੰਸ ਦੇਖਦੇ ਹੋ ਨਾ, ਦੂਜੀਆਂ ਪ੍ਰੋਵਿੰਸ ਕਿਤੇ ਦੇਖ ਲਓ ਉਹਨਾਂ ਦਾ ਕਲਾਸ ਸਾਈਜ਼ ਸੇਮ ਆ, ਸੋ ਅਸੀਂ ਦੂਜੀਆਂ ਪ੍ਰੋਵਿੰਸ ਦੇ ਨਾਲ ਅਲਾਈਨ ਕਰ ਰਹੇ ਹਾਂ, ਜਿਹੜਾ ਉਹਨਾਂ ਦਾ ਕਲਾਸ ਸਾਈਜ਼ ਐਡਾ ਕੋਈ ਵੱਡੀ ਚੇਂਜ ਨਹੀਂ ਹੈਗੀ। ਉੱਦਾਂ ਤੁਸੀਂ ਦੇਖੋ ਕਿ ਆਲਰੇਡੀ ਕਈ ਵਾਰ ਕਲਾਸ 24-25 ਬੱਚੇ ਹੁੰਦੇ ਆ, ਸੋ ਕੋਈ ਐਡੀ ਮੇਜਰ ਚੇਂਜ ਨਹੀਂ ਹੈਗੀ। ਹੋਰ ਚੇਂਜਸ ਅਸੀਂ ਬੜੀਆਂ ਕੀਤੀਆਂ ਜੀ, ਸੈੱਲ ਫੋਨ ਜਿੱਦਾਂ ਸਕੂਲਾਂ ਦੇ ਵਿੱਚ ਬੈਨ ਕੀਤੇ ਆ, ਪੇਰੈਂਟਸ ਦੀ ਬਹੁਤ ਚਿਰ ਦੀ ਡਿਮਾਂਡ ਸੀ ਕਿ ਜਿਹੜੇ ਸੈੱਲ ਫੋਨ ਆ ਉਹ ਬੱਚਿਆਂ ਨੂੰ ਡਿਸਟਰੈਕਟ ਕਰਦੇ ਆ ਕਲਾਸਾਂ ਦੇ ਵਿੱਚ, ਬੱਚੇ ਇੰਸਟਾਗ੍ਰਾਮ ਅਤੇ ਯੂਟਿਊਬ 'ਤੇ ਖੋਲ੍ਹ ਕੇ ਬੈਠੇ ਰਹਿੰਦੇ ਆ, ਸੋ ਸੈੱਲ ਫੋਨ ਬੈਨ ਕੀਤੇ ਆ। ਹੈਲਥ ਐਂਡ ਫਿਜ਼ੀਕਲ ਜਿਹੜਾ ਐਜੂਕੇਸ਼ਨ ਕਰੀਕੁਲਮ ਸੀ ਆਪਣੀ ਕਮਿਊਨਿਟੀ ਦੇ ਵਿੱਚ ਕਾਫੀ ਰੋਸ ਸੀ ਇਹਦਾ, ਉਹ ਅਸੀਂ ਦੇਖੋ ਸਕ੍ਰੈਪ ਕੀਤਾ ਜੀ, ਉਹ ਨਵੇਂ ਸਿਰੇ ਤੋਂ ਲੈ ਕੇ ਆ ਰਹੇ ਹਾਂ। ਸੋ ਹੋਰ ਜਿਹੜੀਆਂ ਚੇਂਜਸ ਜਿਹੜੀਆਂ ਲੋਕਾਂ ਦੇ ਫਾਇਦੇ ਲਈ ਬਹੁਤ ਲੈ ਕੇ ਆਉਂਦੀਆਂ ਵਾ, ਤੁਸੀਂ ਦੇਖੋਗੇ ਅੱਗੇ ਮੂਵਿੰਗ ਫਾਰਵਰਡ ਜਿਹੜੀਆਂ। ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਕਾਫੀ ਕੁਛ ਲੋਕਾਂ ਦੇ ਪੱਖ ਦਾ ਹੋ ਰਿਹਾ, ਜਿੱਦਾਂ ਤੁਹਾਡੀ ਮਿਨਿਸਟਰੀ ਦੇ ਅੰਡਰ ਹੀ ਆਉਂਦਾ ਬੀਅਰ ਸਟੋਰ ਦਾ ਕਾਫੀ ਲੰਬਾ ਪੁਰਾਣਾ ਸਮੇਂ ਤੋਂ ਚੱਲਦਾ ਆ ਰਿਹਾ ਕੰਟਰੈਕਟ, ਕੈਂਸਲ ਕੀਤਾ, ਮੋਨੋਪਲੀ ਤੋੜ ਗਿਆ, ਲੋਕਾਂ ਦਾ ਫਾਇਦਾ ਉਹਦੇ ਵਿੱਚ। ਪਰ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਵੀ ਸਾਨੂੰ ਫੰਡਸ ਦੀ ਕਮੀ ਹੈ, ਆਪਾਂ ਇਹਨੂੰ ਮੈਨੇਜ ਕਿੱਦਾਂ ਕਰਨਾ ਹੈ, ਦੂਜੇ ਪਾਸੇ ਇਹ ਵੀ ਦੇਖਣ ਨੂੰ ਆਇਆ ਕਿ ਫੈਡਰਲ ਸਰਕਾਰ ਕਹਿੰਦੀ ਕਿ ਅਸੀਂ ਤਾਂ ਪੈਸੇ ਲੈ ਕੇ ਬੂਹੇ 'ਤੇ ਖੜੇ ਹਾਂ ਅਤੇ ਸਰਕਾਰ ਦਰਵਾਜ਼ੇ ਨਹੀਂ ਖੋਲ੍ਹਦੀ ਪਈ। ਨੋ, ਵੇਖੋ ਜੀ, ਇਹ ਕੰਪਲੀਟਲੀ ਇਨਕਰੈਕਟ ਹੈਗਾ ਜੀ। ਉਹਨਾਂ ਦਾ ਅੱਜ ਕੱਲ੍ਹ ਪੋਲੀਟੀਕਲ ਸੀਜ਼ਨ, ਤੁਸੀਂ ਕਹਿ ਇਲੈਕਸ਼ਨ ਸੀਜ਼ਨ ਚੱਲ ਰਿਹਾ ਜੀ, ਇਹਨਾਂ ਕੋਲ 3 ਸਾਲਾਂ ਦੇ ਵਿੱਚ 4 ਸਾਲਾਂ ਦੇ ਵਿੱਚ ਜਦੋਂ ਚਾਹੇ ਉਹ ਪਿਛਲੀ ਸਰਕਾਰ ਇਹਨਾਂ ਦੀ ਰਹੀ ਸੀਗੀ, ਇਹਨਾਂ ਦਾ ਕੋਈ ਟਰੈਕ ਰੈਕਡ ਨਹੀਂ ਹੈਗਾ। ਅੱਜ ਦੇ ਦਿਨ ਵਿੱਚ ਅਸੀਂ ਇੱਕ 28.5 ਬਿਲੀਅਨ ਡਾਲਰ ਦਾ ਟਰਾਂਸਪੋਰਟੇਸ਼ਨ ਪਲਾਨ ਜੋ ਪੇਸ਼ ਕੀਤਾ ਸੀਗਾ ਪ੍ਰੋਵਿੰਸ ਵਾਸਤੇ ਜੀ, ਚਾਹੇ ਉਹ ਬ੍ਰੈਂਪਟਨ ਮਿਸਿਸਾਗਾ ਦੀ LRT ਹੋਵੇ, ਚਾਹੇ ਉਹ ਇੱਕ ਹਿਸਟੋਰਿਕ 50% ਨੂੰ ਆਪਣੇ ਜਿਹੜੀ ਸਬਵੇ ਸਿਸਟਮ ਆ ਹੋਰ ਉਹਨੂੰ ਵਧਾਉਣਾ, ਇਹੋ ਜਿਹੀ ਇਨਵੈਸਟਮੈਂਟ ਕਦੀ ਨਹੀਂ ਹੋਈ ਪ੍ਰੋਵਿੰਸ ਦੇ ਵਿੱਚ। ਸਾਡੀ ਸਰਕਾਰ ਨੇ ਇਹ ਲਿਆ ਕੇ ਦਿੱਤੀ ਆ, ਉਹਨਾਂ ਪ੍ਰਾਈਮ ਮਿਨਿਸਟਰ ਟਰੂਡੋ ਦੇ ਸਾਹਮਣੇ ਉਹ ਸਾਰੇ ਪੇਸ਼ ਪਏ ਆ, ਜੋ ਸਾਡੇ ਪ੍ਰੋਜੈਕਟਸ ਹੈਗੇ ਆ ਉਹਨਾਂ ਦੀ ਸਿਰਫ ਸਾਈਨਿੰਗ ਕਰਨ ਦੀ ਲੋੜ ਹੈਗੀ ਆ, ਅਤੇ ਉਹ ਜਿਹੜਾ ਟੋਰਾਂਟੋ ਜਾਂ ਆਨਟੇਰੀਓ ਦੇ ਵਿੱਚ ਜੋ ਵਾਧੇ ਲੈਣੇ ਹੈਗੇ ਆ ਆਪਣੇ ਇਨਫਰਾਸਟ੍ਰਕਚਰ ਪ੍ਰੋਜੈਕਟਸ ਦੇ ਵਿੱਚ, ਉਹ ਉਸੇ ਵੇਲੇ ਕਰ ਸਕਦੇ ਆ। ਸੋ ਇਹ ਜਿਹੜੀ ਗੱਲ ਉਹ ਕਹਿ ਰਹੇ ਆ ਵੀ ਕੋਈ ਬਲੋਕਿੰਗ ਹੋ ਰਹੀ ਆ, ਇਜ਼ ਐਬਸੋਲੂਟਲੀ ਇਨਕਰੈਕਟ। ਉਹਨਾਂ ਦਾ ਆਪ ਦਾ ਹੀ ਜੋ 4 ਸਾਲਾਂ ਦਾ ਕੋਈ ਇਨਫਰਾਸਟ੍ਰਕਚਰ ਉੱਤੇ ਕੋਈ ਵਧੀਆ ਰੈਕਡ ਨਹੀਂ ਹੈਗਾ, ਹੁਣ ਉਸ ਦੇ ਲਈ ਉਹ ਕੋਈ ਆਪਣਾ ਬੈਕਡੋਰ ਲੱਭ ਰਹੇ ਆ। ਪਰ ਸਾਡੀ ਸਰਕਾਰ ਵੱਲੋਂ ਆਉਂਦਿਆਂ ਸਾਰ ਹੀ 28.5 ਬਿਲੀਅਨ ਡਾਲਰ ਦੀ ਇਨਵੈਸਟਮੈਂਟ ਟਰਾਂਸਪੋਰਟੇਸ਼ਨ ਵਿੱਚ, ਚਾਹੇ ਤੁਸੀਂ ਏਅਰਪੋਰਟ ਤੋਂ ਲੈ ਕੇ ਲਾਈਨ ਲੈ ਲਓ, ਤੁਸੀਂ ਆਪਣੇ ਬ੍ਰੈਂਪਟਨ ਦੇ ਵਿੱਚ LRT ਦੀ ਲਾਈਨ ਲੈ ਲਓ, ਚਾਹੇ ਤੁਸੀਂ ਸਾਡੇ ਟੋਰਾਂਟੋ ਦੇ ਵਿੱਚ ਜਿੱਥੇ ਬਹੁਤ ਵੱਡਾ ਗ੍ਰਿਡ ਲਾਕ ਹੁੰਦਾ, ਉੱਥੇ ਇੱਕ ਵਧੀਆ ਸਬਵੇ ਸਿਸਟਮ ਨੂੰ ਇਨਕਰੀਜ਼ ਕਰਨ ਦੀ ਗੱਲ ਆ। ਪਰ ਜਿੱਥੇ ਅਸੀਂ ਈਵਨ ਐਜੂਕੇਸ਼ਨ ਦੀ ਫੰਡਿੰਗ ਕਰਦੇ ਹਾਂ, ਅਸੀਂ ਜੇ ਬ੍ਰੈਂਪਟਨ ਦੇ ਵਿੱਚ ਸਿਰਫ ਵੇਖੀਏ, ਅਸੀਂ 2 ਸਕੂਲ ਨਵੇਂ ਐਲਾਨ ਕਰ ਚੁੱਕੇ ਹਾਂ ਆਲਰੇਡੀ ਇੱਕ ਸਾਲ ਦੇ ਵਿੱਚ, ਜੋ 2 ਨਿਊ ਡਿਵੈਲਪਮੈਂਟਸ ਇਨ ਐਜੂਕੇਸ਼ਨ ਆ। ਸਿਰਫ ਇਸ ਸਾਲ ਦੇ ਵਿੱਚ ਅਸੀਂ 1.4 ਬਿਲੀਅਨ ਡਾਲਰ ਨਵੇਂ ਸਕੂਲਸ ਐਂਡ ਕੈਪੀਟਲ ਇਨਫਰਾਸਟ੍ਰਕਚਰ ਵਾਸਤੇ ਪਾਇਆ, 10 ਸਾਲਾਂ ਦੇ ਵਿੱਚ ਅਸੀਂ 13 ਬਿਲੀਅਨ ਡਾਲਰ ਦੀ ਸਕੂਲਿੰਗ ਦੇ ਵਿੱਚ ਇਨਫਰਾਸਟ੍ਰਕਚਰ ਦੇ ਵਿੱਚ ਪੈਸੇ ਪਾਉਣ ਦੀ ਗੱਲ ਕੀਤੀ ਆ। ਟੈਕਸ ਪੇਅਰ ਦਾ ਕੀਮਤੀ ਪੈਸਾ ਜਿਹੜਾ ਆਨਟੇਰੀਓ ਨੂੰ ਜਾਂਦਾ ਵੀ ਉਹ ਸਹੀ ਤਰੀਕੇ ਨਾਲ ਵਰਤਿਆ ਜਾਵੇ, ਉਸ ਦੀ ਜੋ
ਲੱਗਣੇ ਚਾਹੀਦੇ ਆ ਪੈਸੇ ਆਪਣੇ ਐਜੂਕੇਸ਼ਨ ਵਿੱਚ, ਜਿਵੇਂ ਕਿ ਅਮਰਜੋਤ ਭਾਅ ਜੀ ਦੱਸਿਆ 700 million dollars ਦਾ ਵਾਧਾ ਕੀਤਾ, ਹੈਲਥ ਕੇਅਰ ਵਿੱਚ 1.3 billion dollars ਦਾ ਵਾਧਾ ਕੀਤਾ, ਉਹ ਜਿਹੇ ਕ੍ਰਿਟੀਕਲ ਇਨਫਰਾਸਟ੍ਰਕਚਰ ਉੱਤੇ ਲਾਇਆ ਜਾ। ਤੁਸੀਂ ਜਿੱਦਾਂ ਦੱਸ ਰਹੇ ਹੋ ਉਸ ਹਿਸਾਬ ਨਾਲ ਲੱਗਦਾ ਕਿ ਕਾਫ਼ੀ ਚੰਗੇ ਕੰਮ ਹੋ ਰਹੇ ਨੇ, ਸਾਨੂੰ ਦਿਖ ਵੀ ਰਹੇ ਨੇ ਕਈ ਚੰਗੇ ਕੰਮ, ਬਟ ਜਦੋਂ ਇਸ ਤਰ੍ਹਾਂ ਦੇ ਬਿਆਨ ਆਉਂਦੇ ਨੇ ਕਿ ਵੀ ਅਸੀਂ ਪੈਸੇ ਦੇਣ ਨੂੰ ਤਿਆਰ ਹਾਂ, ਪ੍ਰੋਵਿੰਸ ਲੈਂਦੀ ਨਹੀਂ ਪਈ, ਇਹ ਜਿਹੇ ਜਦੋਂ ਬਿਆਨ ਆਉਂਦੇ ਨੇ, ਤੁਹਾਡੀ ਸਰਕਾਰ ਉਹਨਾਂ ਬਿਆਨਾਂ ਨੂੰ ਕੱਟਦੀ ਕਿਉਂ ਨਹੀਂ ਹੈਗੀ? ਕਿਉਂਕਿ ਇਸ ਤਰ੍ਹਾਂ ਨਾਲ ਆਮ ਲੋਕਾਂ 'ਚ ਬਹੁਤ ਮਿਸਇਨਫੋਰਮੇਸ਼ਨ ਜਾਂਦੀ ਹੈ ਫਿਰ। ਵੇਖੋ ਜੀ, ਅਸੀਂ ਆਪਣੇ ਵੱਲੋਂ ਹਮੇਸ਼ਾ ਕੋਸ਼ਿਸ਼ ਕਰਦੇ ਵੀ ਇਸ ਕੱਟੀ ਜਾਵੇ, ਪਰ ਜਿਵੇਂ ਕਈ ਵਾਰ ਮੀਡੀਆ ਦਾ ਰੋਲ ਵੀ ਹੁੰਦਾ ਵੀ ਉਹ ਇੱਕ ਵਧੀਆ ਤਰੀਕੇ ਨਾਲ ਆਪਣੀ ਨਿਊਜ਼ ਪੇਸ਼ ਕਰਨ। ਸੋ ਅਸੀਂ ਵੀ ਇਹੀ ਬੇਨਤੀ ਕਰਦੇ ਹਾਂ ਵੀ ਜ਼ਰੂਰ ਜੋ ਸਾਡਾ ਅਸੀਂ ਆਪਣਾ ਪੱਖ ਅਸੀਂ ਜ਼ਰੂਰ ਸਾਹਮਣੇ ਲਿਆਉਣਾ ਚਾਹੁੰਦੇ ਹਾਂ, ਕਿਉਂਕਿ ਅਸੀਂ ਜਦੋਂ ਵੇਖਦੇ ਹੈਗੇ ਅਸੀਂ ਹੈਲਥ ਕੇਅਰ ਵਿੱਚ ਇਨਵੈਸਟਮੈਂਟਸ ਇਨਕਰੀਜ਼ ਕੀਤੀਆਂ, ਅਸੀਂ ਐਜੂਕੇਸ਼ਨ ਵਿੱਚ ਹੈਲਥ ਕੇਅਰ ਆਈ ਮੀਨ ਐਜੂਕੇਸ਼ਨ ਵਿੱਚ ਫੰਡਿੰਗ ਇਨਕਰੀਜ਼ ਕੀਤੀ ਹੈ, ਅਤੇ ਅਸੀਂ ਉਹੀ ਜੋ ਸਾਨੂੰ ਸਭ ਤੋਂ ਜ਼ਿਆਦਾ ਲੋੜ ਹੈਗੀ ਸਾਡੇ ਫਿਊਚਰ ਪ੍ਰੋਵਿੰਸ ਵਾਸਤੇ, ਸਾਡੇ ਫਿਊਚਰ ਜੈਨਰੇਸ਼ਨਸ, ਜੇ ਅਸੀਂ 15 billion dollars ਦੇ ਹਿਸਾਬ ਨਾਲ ਡੈਫੀਸਿਟ ਚਲਾਈ ਰੱਖਿਆ, ਕਿਉਂਕਿ ਜੇ ਅਸੀਂ ਆਪ ਹੀ ਆਪਣੇ ਆਮ ਦੇ ਘਰ ਦੀ ਆਪਾਂ ਗੱਲ ਆ ਰਹੀ ਹੈ ਵੀ ਜੇ ਮੈਂ 5000 ਮਹੀਨੇ ਦਾ ਬਣਾਉਣਾ ਤਾਂ ਮੈਂ 15000 ਖਰਚੀ ਜਾਵਾਂ, ਤੁਸੀਂ ਕਿੰਨਾ ਕੁ ਚਿਰ ਇਸ ਚੀਜ਼ ਨੂੰ ਲੈ ਸਕਦੇ ਹਾਂ? ਤੁਸੀਂ ਨਹੀਂ ਲੈ ਸਕਦੇ, ਅਤੇ ਜੇ ਤੁਸੀਂ ਇੱਦਾਂ ਖਰਚੀ ਜਾਵੋ ਤਾਂ ਤੁਹਾਡਾ ਫਿਊਚਰ ਜਿਹੜਾ ਹੈਗਾ, ਤੁਹਾਡੀ ਡੈਟ ਚੜ੍ਹੀ ਜਾਣੀ ਆ, ਉਹੀ ਡੈਟ ਤੁਹਾਨੂੰ ਬਹੁਤ ਜ਼ਿਆਦਾ ਐਕਸਪੈਂਸਿਵ ਹੋਣੀ। ਅੱਜ ਦੇ ਦਿਨ ਵਿੱਚ ਅਸੀਂ ਇੱਕ ਮੰਥ ਵਿੱਚ ਇੱਕ ਮਹੀਨੇ ਦੇ ਵਿੱਚ $1 billion ਤੋਂ ਵੱਧ ਸਿਰਫ ਕਰਜ਼ਾ ਲੋਨ ਨੂੰ ਇੰਟਰਸਟ ਪੇ ਕਰਦੇ ਹਾਂ। $13 billion ਦੇ ਹਿਸਾਬ ਨਾਲ ਅਸੀਂ ਆਪਣੇ ਜੋ ਖਰਚਾ ਆਪਾਂ ਨੂੰ ਇਨਫਰਾਸਟ੍ਰਕਚਰ 'ਤੇ ਕਰਨਾ ਚਾਹੀਦਾ, ਹੈਲਥ ਕੇਅਰ 'ਤੇ ਕਰਨਾ ਚਾਹੀਦਾ, ਉਹ ਅਸੀਂ ਨਹੀਂ ਕਰ ਸਕਦੇ, ਕਿਉਂਕਿ ਪਿਛਲੀ ਲਿਬਰਲ ਸਰਕਾਰ ਨੇ ਇਸ ਚੀਜ਼ ਨੂੰ ਆਊਟ ਆਫ ਹੈਂਡ ਕਰ ਦਿੱਤਾ। ਉਹਨਾਂ ਨੇ ਆਪਣੀ ਜੋ ਵੀ ਪਾਲਿਸੀ ਸੀਗੀਆਂ ਸਪੈਂਡ, ਉਸ ਦੀ ਕੋਈ ਅਸੀਂ ਵੈਲਿਊ ਅੱਜ ਨਹੀਂ ਦੇਖ ਸਕਦੇ। ਉਹਨਾਂ ਨੇ ਆਪਣੇ ਹੋਸਪਿਟਲ ਦੇ ਵਿੱਚ ਨਈ ਇਨਵੈਸਟਮੈਂਟਸ ਕੀਤੀਆਂ, ਉਹਨਾਂ ਨੇ ਐਜੂਕੇਸ਼ਨ ਵਿੱਚ ਨਈ ਇਨਵੈਸਟਮੈਂਟਸ ਕੀਤੀਆਂ, ਸੋ ਉਸ ਨੂੰ ਅਸੀਂ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਹਾਂ। ਬਿਲਕੁਲ ਜੀ। ਅਮਰਜੋਤ ਜੀ, ਤੁਸੀਂ ਇੱਕ ਮੋਸ਼ਨ ਲੈ ਕੇ ਆਉਂਦਾ, ਸਰਕਾਰ ਨੂੰ ਯਾਦ ਕਰਵਾਉਣ ਦਾ ਇੱਕ ਯਤਨ ਕੀਤਾ, 413 ਜਿਹੜਾ ਵੈਸਟ ਕੋਰੀਡੋਰ ਹੈਗਾ ਹਾਈਵੇ, ਉਸ ਬਾਰੇ ਕੀ ਅਪਡੇਟਸ ਨੇ? ਪਿਛਲੀ ਸਰਕਾਰ ਨੇ ਬੰਦ ਕਰਤਾ ਸੀਗਾ, ਜਿਹੜੀ ਵੀ ਰਿਸਰਚ ਕੀਤੀ ਸੀ ਉਹਨਾਂ ਨੇ, ਕੀ ਉਮੀਦ ਹੈ ਕਿ ਉਹ ਆਏਗਾ? ਬਿਲਕੁਲ ਜੀ, ਦੇਖੋ ਜਿੱਦਾਂ ਤੁਸੀਂ ਕਿਹਾ ਕਿ ਪਿਛਲੀ ਸਰਕਾਰ ਨੇ 2006 ਦੇ ਵਿੱਚ ਇਹਦੀ ਅਨਾਊਂਸਮੈਂਟ ਕੀਤੀ ਸੀ ਕਿ ਜਿਹੜਾ ਹਾਈਵੇ 413 GTA ਵੈਸਟ ਕੋਰੀਡੋਰ ਜੀ ਅਸੀਂ ਲੈ ਕੇ ਆ ਰਹੇ ਹਾਂ। 2008 ਦੇ ਵਿੱਚ ਇਹਦੀ ਅਸੈਸਮੈਂਟ, ਜਿਹੜੀ ਇਨਵਾਇਰਮੈਂਟਲ ਅਸੈਸਮੈਂਟ ਸ਼ੁਰੂ ਹੋਈ ਸੀ ਜੀ, 2008 ਤੋਂ ਲੈ ਕੇ 2015 ਤੱਕ ਇਹਦੀ ਚੱਲੀ ਅਸੈਸਮੈਂਟ, $13 million ਆਲਮੋਸਟ ਇੱਥੇ ਸਪੈਂਡ ਕੀਤਾ ਗਿਆ। ਬਿਲਕੁਲ। ਅਤੇ ਫਿਰ ਲਿਬਰਲ ਨੇ ਇਹਨੂੰ ਕਹਿਤਾ ਜੀ ਅਸੀਂ ਜਿਹੜਾ ਵੀ ਨਾਟ ਗੋਇੰਗ ਹੈਡ ਵਿਦ ਦਾ ਹਾਈਵੇ। ਬਿਲਕੁਲ। ਜਿੱਦਾਂ ਮਿਸਮੈਨੇਜਮੈਂਟ ਦੀ ਆਪਾਂ ਗੱਲ ਕਰਦੇ ਹਾਂ, $13 million ਸਪੈਂਡ ਕਰਕੇ ਤੁਸੀਂ ਕਹਿ ਰਹੇ ਕਿ ਅਸੀਂ ਇੱਕ ਪ੍ਰੋਜੈਕਟ ਨਹੀਂ ਕਰਨਾ। ਸੋ ਸਾਡੀ ਪ੍ਰੀਮੀਅਰ ਸਾਹਿਬ ਨੇ, ਸਾਡੀ ਗਵਰਨਮੈਂਟ ਨੇ ਪ੍ਰੋਮਿਸ ਕੀਤਾ ਸੀ ਕਿ ਜਦੋਂ ਇਹ ਸਾਡੀ ਗਵਰਨਮੈਂਟ ਬਣਦੀ ਆ ਅਸੀਂ ਜਿਹੜਾ ਹਾਈਵੇ ਦੁਬਾਰਾ ਲੈ ਕੇ ਆਵਾਂਗੇ। ਫਾਲ ਇਕਨੋਮਿਕ ਸਟੇਟਮੈਂਟ ਦੇ ਵਿੱਚ ਵੀ ਅਸੀਂ ਇਹ ਦੁਬਾਰਾ ਪ੍ਰੋਮਿਸ ਨੂੰ ਯਾਦ ਕਰਵਾਇਆ ਸੀ ਕਿ ਜਿਹੜਾ ਇਹ ਪ੍ਰੋਮਿਸ ਅਸੀਂ ਪੂਰਾ ਕਰਾਂਗੇ। ਸੋ ਕਾਫੀ ਲੋਕ ਜਿਹੜੇ ਸਾਡੇ ਆਪਣੇ ਕਹਿ ਲਓ GTA ਜਿਹੜੀ ਆਪਣੀ ਟਰੈਕਿੰਗ ਹੱਬ ਆ ਜੀ, ਸੋ ਕਾਫੀ ਟਰੈਕਿੰਗ ਇੰਡਸਟਰੀ ਨਾਲ ਜਿਹੜੇ ਰਿਲੇਟਡ ਵੀਰ ਆਪਣੇ ਹੈਗੇ ਆ ਜਾਂ ਹੋਰ ਲੋਕ ਜਿਹੜੇ ਮੇਰੇ ਏਰੀਏ ਦੇ ਉਹ ਮੇਰੇ ਕੋਲ ਹਮੇਸ਼ਾ ਆਉਂਦੇ ਸੀ ਕਿ ਤੁਸੀਂ ਇਹ ਪ੍ਰੋਮਿਸ ਕੀਤਾ ਜੀ ਇਹਦਾ ਕੀ ਕਰ ਰਹੇ ਹਾਂ, ਤੁਸੀਂ ਹਾਈਵੇ ਦੀ ਬਹੁਤ ਜ਼ਿਆਦਾ ਲੋੜ ਆ। ਸੋ ਮੈਂ ਮਿਨਿਸਟਰ ਨਾਲ ਮੇਰੀਆਂ ਕਾਫੀ ਮੀਟਿੰਗਸ ਹੋਈਆਂ ਸੀ, ਮੀਟਿੰਗਸ ਵਿੱਚ ਪ੍ਰੋਮਿਸ ਅਸੀਂ ਇਕੱਠੇ ਬੈਠੇ ਸੀ ਕਾਫੀ ਵਾਰ। ਸੋ ਮਿਨਿਸਟਰ ਨੂੰ ਅਸੀਂ ਕਿਹਾ ਕਿ ਜਿਹੜੇ ਸਾਨੂੰ ਆਪ ਪ੍ਰੋਮਿਸ ਪੂਰਾ ਕਰਨ ਦਾ ਟਾਈਮ ਆ ਗਿਆ ਜੀ। ਸੋ ਮੈਂ ਮੋਸ਼ਨ ਲੈ ਕੇ ਆਉਂਦਾ, ਸੋ ਮਿਨਿਸਟਰ ਨੇ ਲਾਸਟ ਵੀਕ ਆ ਕੇ ਇਹਦੀ ਅਨਾਊਂਸਮੈਂਟ ਕੀਤੀ ਹੈ ਕਿ ਜਿਹੜੀ ਇਨਵਾਇਰਮੈਂਟਲ ਅਸੈਸਮੈਂਟ ਆ ਇਹ ਦੁਬਾਰਾ ਸਟਾਰਟ ਕਰ ਦਿੱਤੀ। ਇਦਾਂ ਤਾਂ ਨਹੀਂ ਹੋ ਕਿ ਅਸੈਸਮੈਂਟ ਦੇ ਗੇਟ ਦੇ ਵਿੱਚ ਫਿਰ 4 ਸਾਲ ਲੰਘ ਜਾਣਗੇ, ਆਪਾਂ ਕੋਈ ਰਿਜ਼ਲਟ ਵੇਖਾਂਗੇ 4 ਸਾਲਾਂ ਦੇ ਵਿੱਚ? ਬਿਲਕੁਲ ਜੀ, ਦੇਖੋ 2022 ਤੱਕ ਕਿਹਾ ਸੀ ਕਿ 2022 ਤੋਂ ਪਹਿਲਾਂ ਜਿਹੜੀ ਇਨਵਾਇਰਮੈਂਟਲ ਅਸੈਸਮੈਂਟ ਆ ਇਹ ਪੂਰੀ ਕਰ ਦਿੱਤੀ ਜਾਊਗੀ। ਅਸੀਂ ਲਿਬਰਲ ਵਾਂਗੂ 10 ਸਾਲ ਦਾ ਟਾਈਮ ਨਹੀਂ ਲਵਾਂਗੇ, ਫਿਰ ਠੀਕ ਹੈ 2022 ਦੇ ਵਿੱਚ ਪੂਰੀ ਕਰ ਦਿੱਤੀ ਜਾਊਗੀ ਜੋ ਵੀ ਉਹਦਾ ਰਿਜ਼ਲਟ ਆਊਗਾ ਇਨਵਾਇਰਮੈਂਟਲ ਅਸੈਸਮੈਂਟ ਦਾ, ਫਿਰ ਉਹ ਤੋਂ ਮੂਵਿੰਗ ਫਾਰਵਰਡ ਅੱਗੇ ਜੋ ਵੀ ਆ। ਸਮਾਂ ਬਹੁਤ ਸ਼ਾਰਟ, ਮੈਂ ਬਰੀਫ 'ਚ ਇੱਕ ਜਾਣਨਾ ਚਾਹਾਂਗਾ, ਇੱਕ ਹੋਰ ਜਿਹੜੇ ਆਮ ਲੋਕਾਂ ਵਿੱਚ ਕਾਫੀ ਗੱਲ ਆ ਰਹੀ ਹੈ ਉਹ ਆ ਰਹੀ ਹੈ ਕਿ ਵੀ ਡਗ ਫੋਰਟ ਸਰਕਾਰ ਵੱਲੋਂ ਜਿਹੜੀ ਨੈਪੋਟਿਜ਼ਮ ਦੀ ਗੱਲ ਹੈ, ਭਾਵੇਂ ਉਹ ਪਹਿਲਾਂ ਰੌਨ ਟੈਵਨਰ ਦੀ ਅਪੁਆਇੰਟਮੈਂਟ ਹੋ ਜਾਵੇ, ਭਾਵੇਂ ਉਹਨਾਂ ਪਬਲਿਕ ਅਕਾਊਂਟੈਂਟਸ ਕਾਊਂਸਲ ਦੇ ਵਿੱਚ ਉਹਨਾਂ ਦੇ ਚੀਫ ਆਫ ਸਟਾਫ ਸੀਗੇ, ਉਹਨਾਂ ਦੇ ਰਿਲੇਟਿਵ ਕੈਥਰੀਨ ਪਾਲ, ਉਹਨਾਂ ਦੀ ਗੱਲ ਹੋਵੇ, ਇਹਨੂੰ ਕਿੱਦਾਂ ਤੁਸੀਂ ਦੇਖਦੇ ਹੋ? ਵੇਖੋ ਜੀ, ਪ੍ਰੀਮੀਅਰ ਸਾਹਿਬ ਨੇ ਜਦੋਂ ਉਹਨਾਂ ਨੂੰ ਪਤਾ ਲੱਗਾ ਸੀ ਇਸ ਚੀਜ਼ ਦਾ, ਜਿਸ ਇੰਡੀਵਿਜੁਅਲ ਦੀ ਤੁਸੀਂ ਗੱਲ ਕਰ ਰਹੇ ਸੀ ਉਹ ਇਸ ਲਾਂਗਰ ਸਾਡੀ ਗਵਰਨਮੈਂਟ 'ਚ ਹੁਣ ਨਹੀਂ ਹੈਗੇ ਜੀ, ਸੋ ਉਸ ਦੇ ਵਿੱਚ ਸਾਡੇ ਪ੍ਰੀਮੀਅਰ ਨੇ ਉਸੇ ਵੇਲੇ ਆਉਂਦਿਆਂ ਸਾਰ ਹੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿਸੇ ਦਾ ਰੈਲੇਟਿਵ ਇੱਦਾਂ ਅਪੁਆਇੰਟ ਕੀਤਾ ਗਿਆ ਸੀਗਾ, ਉਹਨਾਂ ਨੇ ਸਖ਼ਤ ਐਕਸ਼ਨ ਲਿਆ ਸੀਗਾ। ਸੋ ਜਦੋਂ ਸਾਨੂੰ ਅਸੀਂ ਇਹੋ ਜਿਹੀ ਗੱਲ ਕਰਦੇ ਹਾਂ, ਅਸੀਂ ਇਸ ਚੀਜ਼ ਦੇ ਵਿੱਚ ਜਿਵੇਂ ਕਿ ਪ੍ਰੀਮੀਅਰ ਫੋਰ ਨੇ ਉਸੇ ਵੇਲੇ ਐਕਸ਼ਨ ਲੈ ਲਿਆ ਸੀਗਾ, ਸੋ ਮੂਵਿੰਗ ਫੋਰਵਰਡ ਇਸ ਦੀ ਜੋ ਵੀ ਕੋਈ ਅਪੁਆਇੰਟਮੈਂਟਸ ਫੋਰਵਰਡ ਵਿੱਚ ਹੋ ਰਹੀਆਂ ਉਹਦੇ ਵਿੱਚ ਅਸੀਂ ਰਿਵਿਊ ਕਰ ਰਹੇ ਹਾਂ, ਅਸੀਂ ਉਸ ਵਿੱਚ ਧਿਆਨ ਰੱਖ ਰਹੇ ਹਾਂ, ਅਤੇ ਅਸੀਂ ਇਹੀ ਵੇਖਣਾ ਵੀ ਅਸੀਂ ਸਭ ਤੋਂ ਕੁਆਲੀਫਾਈਡ ਐਂਡ ਬੈਸਟ ਪਰਸਨ ਕਿਵੇਂ ਲਿਆ ਸਕਦੇ ਹਾਂ ਪ੍ਰੋਬਲਮਸ ਵਾਸਤੇ। ਠੀਕ ਹੈ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਹੋਏ ਜੀ। ਥੈਂਕ ਯੂ ਜੀ। ਸੋ ਇਹ ਸਨ ਅਸੋਸੀਏਟ ਮਿਨਿਸਟਰ ਆਫ ਸਮਾਲ ਬਿਜ਼ਨਸ
ਕੀਤੀਆਂ ਨੇ ਬਟ ਅਸੀਂ ਇਹੀ ਤੁਹਾਨੂੰ ਇੱਕ ਅਪੀਲ ਕਰਾਂਗੇ ਕਿ ਥੋੜ੍ਹਾ ਸਮਾਂ ਹਾਲੇ ਸਰਕਾਰ ਨੂੰ ਹੋਰ ਦਿੱਤਾ ਜਾਵੇ ਦੇਖਿਆ ਜਾਵੇ ਕਿ ਇਹਨਾਂ ਦੇ ਹਾਲੇ ਤੱਕ ਜਿਹੜੇ ਕੰਮ ਇਹਨਾਂ ਨੇ ਪ੍ਰੋਸੈਸ 'ਚ ਲਿਆਉਂਦੇ ਨੇ ਉਹਦਾ ਕਿਹੋ ਜਿਹਾ ਰਿਜ਼ਲਟ ਆਉਂਦਾ ਤੁਹਾਨੂੰ ਇਹ ਪ੍ਰੋਗਰਾਮ ਕਿੱਦਾਂ ਦਾ ਲਿਖਿਆ ਸਾਨੂੰ ਜ਼ਰੂਰ ਲਿਖ ਭੇਜਣਾ ਅਸੀਂ ਤੁਹਾਡੇ ਮੈਸੇਜਿਸ ਦੀ ਉਡੀਕ ਕਰਾਂਗੇ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਪ੍ਰਾਈਮ ਏਸ਼ੀਆ ਟੀਵੀ ਦੇ ਨਾਲ ਅਤੇ ਮੈਨੂੰ ਦਿਓ ਹੁਣ ਇਜਾਜ਼ਤ ਧੰਨਵਾਦ